ਜੰਮੂ ਕਸ਼ਮੀਰ 'ਚ ਧਾਰਾ 370 ਹਟਣ ਤੋਂ ਬਾਅਦ ਜਿੱਥੇ ਭਵਿੱਖ ਸੰਬੰਧੀ ਲੋਕਾਂ ਵੱਲੋਂ ਵੱਖ ਵੱਖ ਅੰਦਾਜ਼ੇ ਲਗਾਏ ਜਾ ਰਹੇ ਨੇ, ਉੱਥੇ ਹੀ ਵਪਾਰ ਜਗਤ ਵਿੱਚ ਵੀ ਭਾਰੀ ਨਿਰਾਸ਼ਾ ਦਾ ਆਲਮ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਧਾਰਾ 370 ਹਟਣ ਤੋਂ ਬਾਅਦ ਵਪਾਰ ਉੱਤੇ ਡੂੰਘਾ ਅਸਰ ਹੋਇਆ ਹੈ। ਇਸ ਸੰਬੰਧੀ ਲੁਧਿਆਣਾ 'ਚ ਮੌਜੂਦ ਕੱਪੜਿਆਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸਥਿਤੀ ਵਿੱਚ ਨਾ ਤਾਂ ਕਸ਼ਮੀਰੀਆਂ ਵੱਲੋਂ ਮਾਲ ਖਰੀਦਿਆ ਜਾ ਰਿਹਾ ਅਤੇ ਨਾ ਹੀ ਵੇਚਿਆ ਜਾ ਰਿਹਾ, ਜਿਸ ਕਾਰਨ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਕੰਮ ਚੱਲ ਰਿਹਾ ਸੀ ਸਾਡਾ, ਉਹ ਜਿਹੜਾ ਹੈ ਕੰਮ ਇੱਕ ਵਾਰੀ ਬੰਦ ਹੋ ਗਿਆ। ਜਦੋਂ ਹਾਲਾਤ ਠੀਕ ਹੋਣਗੇ ਉਸ ਤੋਂ ਬਾਅਦ ਹੋ ਸਕਦਾ ਕਿ ਜ਼ਿਆਦਾ ਚੱਲਣ, ਹੋ ਸਕਦਾ ਕਿ ਨਾ ਚੱਲੇ, ਹਾਲਾਤ ਦੇ ਉੱਤੇ ਡਿਪੈਂਡ ਕਰਦਾ। ਤੋ ਮੈਂ ਇਹ ਬੇਨਤੀ ਹੈ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਹਾਲਾਤ ਜਿਹੜੇ ਨਾਰਮਲ ਹੋਣ ਤਾਂ ਕਿ ਜਿਹੜਾ ਸਾਡਾ ਕਾਰੋਬਾਰ ਹੈ ਉਹ ਚੱਲੇ। ਇੱਧਰ ਬਹੁਤ ਗਿਣਤੀ ਵਿੱਚ, ਤਕਰੀਬਨ ਹਜ਼ਾਰਾਂ ਦੀ ਗਿਣਤੀ ਜਿਹੜੇ ਕਸ਼ਮੀਰੀ ਨੇ ਉਹ ਸਾਡੇ ਕੋਲ ਅਗਲੇ ਮਹੀਨੇ ਆਉਣ ਵਾਲੇ ਨੇ, ਉਹ ਆਉਣਗੇ ਅਤੇ ਮਤਲਬ ਕਿ ਉਹਦੇ ਨਾਲ ਸਾਡਾ ਜਿਹੜਾ ਹੈ ਕੰਮ ਕਾਫੀ ਕਾਰੋਬਾਰ ਜਿਹੜਾ ਹੈ ਹਾਲਾਤ ਜਲਦੀ ਸੁਧਰਨ, ਜਿਹਦੇ ਨਾਲ ਸਾਡਾ ਕਸ਼ਮੀਰੀਆਂ ਦਾ ਜਿਹੜਾ ਕੰਮ ਹੈ ਉਹ ਅਗਲੇ ਮਹੀਨੇ ਆਉਣ ਵਾਲੇ ਹਨ ਉਹਨਾਂ ਵਿੱਚ ਠੀਕ ਹੋ ਜਾਏ। ਨਾਲੇ ਸੀਜ਼ਨ ਆਉਣ ਵਾਲਾ ਹੈ, ਇਸ ਟਾਈਮ ਕੰਮ ਜਿਹੜਾ ਹੈ ਇਹ ਠੰਡਾ ਹੈ ਬਿਲਕੁਲ। ਜਿਹੜਾ ਉੱਥੇ ਜਾ ਰਿਹਾ ਸੀ ਸ੍ਰੀਨਗਰ, ਉੱਥੇ ਵੀ ਕੰਮ ਜਾਣਾ ਬੰਦ ਹੋ ਗਿਆ ਕਿਉਂਕਿ ਇਸ ਸੰਬੰਧੀ। ਦੂਜੇ ਪਾਸੇ ਕਸ਼ਮੀਰ ਤੋਂ ਵਪਾਰ ਦੀ ਝਾਕ ਚੋਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਵਪਾਰ ਬਾਰੇ ਤਾਂ ਆਉਣ ਵਾਲੇ 6 ਮਹੀਨਿਆਂ ਤੱਕ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਬਿਜ਼ਨਸ ਹੀ ਖਤਮ ਹੋ ਗਿਆ, ਬਿਜ਼ਨਸ ਪਰ ਅਸਰ ਇਹੀ ਹੈ ਕਿ ਬਿਜ਼ਨਸ ਖਤਮ ਹੋ ਗਿਆ, ਕਿਉਂਕਿ ਯਹਾਂ ਪਹਿਲੇ ਹਮ ਲੋਕ ਉਧਾਰ ਲੇਤੇ ਥੇ, ਉਧਰ ਵੀ ਲੇਤੇ ਥੇ, ਇਧਰ ਵੀ ਲੇਤੇ ਥੇ, ਲੇਕਿਨ ਬਾਤ ਇਹ ਹੈ ਆਪ ਲੋਕ ਦੇਣੇ ਕੇ ਲੀ ਤਿਆਰ ਵੀ ਨਹੀਂ ਹੈ। ਦੂਸਰੀ ਬਾਤ ਇਹ ਜੋ ਰਕਮ ਹਮਾਰੀ ਉਧਰ ਇਧਰ ਕਹੀਂ ਫਸੀ ਕਸ਼ਮੀਰ ਮੈਂ ਕਹੀਂ ਔਰ ਵੀ ਫਸੀ ਪਈ, ਉਹ ਮਿਲਣੀ ਨਹੀਂ ਆ। ਵਪਾਰ ਕਿਆ ਰਹਿ ਗਿਆ, ਵਪਾਰ ਕੁਛ ਵੀ ਨਹੀਂ ਰਹਿ ਗਿਆ। ਗੌਰਮੈਂਟ ਕੀ ਮਰਜ਼ੀ ਹੈ ਜੀ, ਗੌਰਮੈਂਟ ਜੋ ਚਾਹਤਾ ਹੈ ਕਰਤਾ ਹੈ। ਇਸਕੇ ਸਾਥ ਲੋਕ ਵੀ ਜੁੜੇ ਹੋਏ ਫਿਰ ਠੀਕ ਥਾ, ਲੋਕ ਇਸਕੇ ਸਾਥ ਇਸ ਫੈਸਲੇ ਕੇ ਸਾਥ ਜੁੜੇ ਹੋਏ ਨਹੀਂ ਹੈ। ਬਸ ਯਹੀ ਸੋਚਤੇ ਹੈ ਕਿ ਬਸ ਟਾਈਮ ਪਾਸ ਵਾਲੀ ਬਾਤ ਹੈ, ਔਰ ਕਿਆ ਸੋਚਤੇ ਹੈ। ਬਹਿਰਾਲ ਹੁਣ ਦੇਖਣਾ ਹੋਵੇਗਾ ਕਿ ਇਸ ਸਥਿਤੀ ਤੋਂ ਬਾਅਦ ਵਪਾਰੀਆਂ ਦੇ ਚਿਹਰੇ ਖਿੜਦੇ ਹਨ ਜਾਂ ਮੁਰਝਾਉਂਦੇ ਨੇ। ਲੁਧਿਆਣਾ ਤੋਂ ਤਰਸੇਮ ਭਾਰਦਵਾਜ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।